ਜਗਤ ਪੰਜਾਬੀ ਸਭਾ ਵੱਲੋਂ ਕਾਨਫਰੰਸ, ਵਰਕਸ਼ਾਪ ਤੇ ਸੈਮੀਨਾਰ ਕਰਾਏ ਜਾਣਗੇ। ਜਗਤ ਪੰਜਾਬੀ ਸਭਾ ਵੱਲੋਂ ਦਸੰਬਰ 2024 ਤੋਂ ਫਰਵਰੀ 2025 ਵਿੱਚ ਸੈਂਟਰਲ ਯੂਨੀਵਰਸਿਟੀ ਬਠਿੰਡਾ, ਜੰਮੂ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਲਵਲੀ ਯੂਨੀਵਰਸਿਟੀ, ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ, ਵਰਲਡ ਪੰਜਾਬੀ ਸੈਂਟਰ ਪਟਿਆਲਾ ਵਿੱਚ ਸੈਮੀਨਾਰ, ਵਰਕਸ਼ਾਪ ਤੇ ਕਾਨਫਰੰਸ ਹੋਣਗੀਆਂ। ਇਹ ਸੂਚਨਾ ਡਾਕਟਰ ਸਤਨਾਮ ਸਿੰਘ ਜੱਸਲ, ਕੋਆਰਡੀਨੇਟਰ ਜਗਤ ਪੰਜਾਬੀ ਸਭਾ ਨੇ ਦਿੱਤੀ। ਇਹ ਫੈਸਲਾ ਜਗਤ ਪੰਜਾਬੀ ਸਭਾ ਦੀ ਪ੍ਰਬੰਧਕੀ ਟੀਮ ਨੇ ਕੀਤਾ ਹੈ, ਜਿਨ੍ਹਾਂ ਵਿੱਚ ਅਜੈਬ ਸਿੰਘ ਚੱਠਾ ਜੀ ਚੇਅਰਮੈਨ, ਡਾਕਟਰ ਜਸਵਿੰਦਰ ਸਿੰਘ ਵਾਈਸ ਚਾਂਸਲਰ, ਮੁੱਖ ਸਲਾਹਕਾਰ ਸਰਦੂਲ ਸਿੰਘ ਥਿਆੜਾ, ਪ੍ਰਧਾਨ ਜਗਤ ਪੰਜਾਬੀ ਸਭਾ ਕੁਲਵਿੰਦਰ ਸਿੰਘ ਥਿਆੜਾ, ਪ੍ਰਧਾਨ ਇੰਡੀਆ ਪ੍ਰਿੰਸੀਪਲ ਹਰਕੀਰਤ ਕੌਰ, ਪ੍ਰਧਾਨ ਪੰਜਾਬ ਹਰਦੇਵ ਚੌਹਾਨ, ਮੀਡੀਆ ਡਾਇਰੈਕਟਰ ਅਰਵਿੰਦਰ ਢਿੱਲੋ, ਦਲਜੀਤ ਕੌਰ ਸੰਧੂ, ਗੁਰਵੀਰ ਸਿੰਘ ਸਰੋਤ, ਆਸ਼ਾ ਰਾਣੀ ਲੁਧਿਆਣਾ, ਡਾਕਟਰ ਸ਼ਾਲਿਨੀ ਦੱਤਾ, ਪ੍ਰਿੰਸੀਪਲ ਕਵਲਜੀਤ ਕੌਰ ਬਾਜਵਾ, ਡਾਕਟਰ ਸੰਤੋਖ ਸਿੰਘ ਸੰਧੂ, ਪ੍ਰਧਾਨ OFC, ਡਾਕਟਰ ਸਤਿੰਦਰ ਕੌਰ ਕਾਲੋਂ, ਡਾਕਟਰ ਮਨਪ੍ਰੀਤ ਕੌਰ, ਨਿਰਮਲ ਸਿੰਘ ਸਾਦਾਵਾਲੀਆ ਨੇ ਹਿੱਸਾ ਲਿਆ। ਇਹਨਾਂ ਸਮਾਗਮਾਂ ਦੇ ਵਿਸ਼ੇ ਹੋਣਗੇ ਪਾਸ਼ਨ, ਕਲਾ, ਨੈਤਿਕਤਾ, ਕਾਮਯਾਬੀ ਜ਼ਿੰਦਗੀ ਜਿਉਣ ਦੇ ਹੁਨਰ, ਪੰਜਾਬੀ ਭਾਸ਼ਾ ਪੜ੍ਹਾਉਣ ਵਾਲਾ ਮਾਹੌਲ ਹੋਰ ਵਿਕਸਿਤ ਕਰਨਾ, ਉੱਚ ਸਿੱਖਿਆ ਦੇ ਤਕਨੀਕੀ, ਵਿਗਿਆਨ, ਮੈਡੀਕਲ, ਵਪਾਰ ਆਦਿ ਖੇਤਰ ਦੀ ਪੜ੍ਹਾਈ ਲਈ ਪੰਜਾਬੀ ਭਾਸ਼ਾ ਵਿੱਚ ਸਮੱਗਰੀ ਉਪਲਬਧ ਕਰਵਾਉਣ ਸੰਬੰਧੀ ਉਪਰਾਲੇ ਕਰਨੇ, ਕੁਝ ਸਕੂਲਾਂ ਤੇ ਕਾਲਜਾਂ ਦੇ ਮਾਲਕਾਂ ਨਾਲ ਇਹ ਸਮਾਗਮ ਕਰਨ ਲਈ ਸੰਪਰਕ ਕੀਤਾ ਹੈ। ਮਾਲਕਾਂ ਨੇ ਇਹਨਾਂ ਵਿਸ਼ਿਆਂ ਨੂੰ ਸਮੇਂ ਦੀ ਜ਼ਰੂਰਤ ਦੱਸ ਕੇ ਆਪਣੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਇਹ ਸਮਾਗਮ ਕਰਵਾਉਣ ਲਈ ਸਹਿਮਤੀ ਦਿੱਤੀ ਹੈ। ਜਲਦੀ ਤਰੀਕਾਂ ਦਾ ਫੈਸਲਾ ਕਰ ਲਿਆ ਜਾਵੇਗਾ। ਸਮਾਗਮ ਕਰਵਾਉਣ ਲਈ ਡਾਕਟਰ ਜੱਸਲ ਸਾਹਿਬ ਨਾਲ 94-172-25-942 'ਤੇ ਸੰਪਰਕ ਕੀਤਾ ਜਾ ਸਕਦਾ ਹੈ।